ਨਾਲ ਖੜਨ ਦਾ ਟਾਈਮ ਆਉਂਦਾ ਹੈ, ਕਦੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਜਦੋਂ ਦਾ ਉਹ ਸਰੀਰਕ ਤੌਰ ਤੇ ਸਾਡੇ ਵਿੱਚੋਂ ਸਰਕਾਰਾਂ ਨੇ ਖਤਮ ਕਰ ਦਿੱਤਾ ਹੈ। ਕਦੇ ਹਾਂ ਦਾ ਨਾਰਾ ਨਹੀਂ ਮਾਰਿਆ ਜਿਹੜੇ ਕਲਾਕਾਰ ਉਹਦੇ ਨਾਮ ਤੋਂ ਚੱਲੇ ਸੀ, ਉਹਦੇ ਨਾਮ ਤੋਂ ਮਸ਼ਹੂਰ ਹੋਏ ਸੀ, ਅੱਜ ਉਹ ਐਦਾਂ ਦੇ ਗਾਣੇ ਗਾਉਂਦੇ ਨਜ਼ਰ ਆਉਂਦੇ ਨੇ ਕਿ ਉਹਨਾਂ ਦੇ ਯਾਰ ਮੰਤਰੀ ਨੇ। ਤੇ ਮੈਂ ਅੱਜ ਨਾਮ ਵੀ ਲੈ ਦਿੰਦਾ ਕਿ ਅੰਮ੍ਰਿਤ ਮਾਨ ਜਿਹੜਾ ਕਦੇ ਉਹਨੂੰ ਆਪਣਾ ਵੱਡਾ ਭਰਾ ਮੰਨਦਾ ਸੀ, ਜਿਹੜਾ ਕਦੇ ਸਿੱਧੂ ਮੂਸੇਵਾਲੇ ਨਾਲ ਬੰਬੀਹਾ ਬੁਲਾਉਂਦਾ ਸੀ, ਤੇ ਅੱਜ ਉਹ ਉਸ ਸਰਕਾਰ ਦੇ ਹੱਕ 'ਚ ਜਾ ਕੇ ਖੜ ਗਿਆ ਹੈ ਜਿਹੜੀ ਸਰਕਾਰ ਦੀ ਨਲਾਇਕੀ ਕਾਰਨ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਰਿਹਾ। ਪਹਿਲਾਂ ਤਾਂ ਆ ਅੰਮ੍ਰਿਤ ਮਾਨ ਵੱਲੋਂ ਗਾਇਆ ਗਾਣਾ ਦੇਖ ਲਓ ਕੀ ਗਾਇਆ। ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਕਿ ਸਾਡੀ ਉਹ ਸੱਜੀ ਬਾਂਹ, ਸਾਡਾ ਉਹ ਭਰਾ ਚਲਾ ਗਿਆ ਦੁਨੀਆਂ ਦੇ ਵਿੱਚੋਂ, ਤੇ ਤੁਸੀਂ ਉਹਨਾਂ ਨਾਲ ਜਾ ਕੇ ਭੰਗੜੇ ਪਾਉਂਦੇ ਹੋ, ਉਹਨਾਂ ਨਾਲ ਜਾ ਕੇ ਸਟੇਜਾਂ ਸਾਂਝੀਆਂ ਕਰਦੇ ਹੋ, ਤੇ ਸ਼ਰਮ ਕਰੋ। ਸ਼ਰਮ ਨਾਲ ਨਹੀਂ ਖੜਨਾ, ਪਰਿਵਾਰ ਦੇ ਜ਼ਖਮਾਂ ਤੇ ਨਮਕ ਤਾਂ ਨਾ ਭੁੱਕੋ, ਪਰਿਵਾਰ ਦੇ ਜ਼ਖਮਾਂ ਤੇ ਨਮਕ ਨਾ ਭੁੱਕੋ। ਮੈਂ ਦਿਖਾਉਣਾ ਤੁਹਾਨੂੰ ਆ ਵੀਡੀਓ, ਸੁਣਿਓ ਧਿਆਨ ਨਾਲ ਸੁਣਿਓ। ਬੜੇ ਖੁਸ਼ ਤੇ ਬੜੇ ਹੀ ਢੰਗ ਨਾਲ ਗਾਣਾ ਗਾ ਰਿਹਾ ਕਿ ਤਾਰੇ 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 ਕੰਮ ਹੋਇਆ ਫੋਨ ਮਾਰਦੀ ਮੇਰੇ ਯਾਰ ਮੰਤਰੀ ਸਾਰੇ। ਅੰਮ੍ਰਿਤ ਮਾਨ ਜੀ, ਜੇ ਤੁਹਾਡੇ ਯਾਰ ਮੰਤਰੀ ਨੇ ਤਾਂ ਆਪਣੇ ਉਸ ਯਾਰ ਦੇ ਲਈ ਜਿਹਦੇ ਨਾਲ ਤੁਸੀਂ ਗਾਣੇ ਗਾਏ, ਉਸ ਯਾਰ ਦੇ ਲਈ ਇਨਸਾਫ ਦੀ ਗੱਲ ਕਰ ਲਓ। ਜੇ ਤੁਹਾਡੇ ਮੰਤਰੀ ਯਾਰ ਨੇ ਤੇ ਆਪਣੇ ਉਸ ਯਾਰ ਲਈ ਕਹੋ ਵੀ ਇਨਸਾਫ ਦਿਓ। ਇਸ ਵੀਡੀਓ ਦੇ ਵਿੱਚ ਕੌਣ ਖੜੇ ਨੇ? ਪਿੱਛੇ ਕੁਲਤਾਰ ਸਿੰਘ ਸੰਧਵਾਂ ਜੀ ਖੜੇ ਨੇ ਜਿਹੜੇ ਸਪੀਕਰ ਨੇ, ਚੇਤਨ ਸਿੰਘ ਜੋੜਾ ਮਾਜਰਾ ਜੀ ਖੜੇ ਨੇ, ਮੀਤ ਹੈਰ ਨਾਲ ਵੀ ਤੁਹਾਡੀਆਂ ਬਹੁਤ ਨਜ਼ਦੀਕੀਆਂ ਨੇ। ਹੋਰ ਜਿੰਨੇ ਤੁਹਾਡੇ ਮੰਤਰੀ ਯਾਰ ਨੇ, ਉਹਨਾਂ ਮੰਤਰੀਆਂ ਨੂੰ ਕਦੇ ਕਿਹਾ ਕਿ ਸਾਡਾ ਯਾਰ ਚਲਾ ਗਿਆ ਤੁਹਾਡੀ ਸਰਕਾਰ ਦੇ ਵਿੱਚ, ਤੇ ਉਸ ਯਾਰ ਦੇ ਲਈ ਮੈਂ ਤੁਹਾਨੂੰ ਕਹਿਣਾ ਕਿ ਇਨਸਾਫ ਦਿਓ। ਉਸ ਸਾਡੇ ਯਾਰ ਦਾ ਪਰਿਵਾਰ ਦੁਹਾਈਆਂ ਪਾ ਰਿਹਾ, ਪਿੱਟ ਰਿਹਾ, ਵਿਧਾਨ ਸਭਾ ਦੇ ਅੱਗੇ ਜਾਂਦਾ, ਗੁਹਾਰ ਲਾਉਂਦਾ ਜਗ੍ਹਾ ਜਗ੍ਹਾ ਜਾ ਕੇ। ਤੇ ਜੇਕਰ ਤੁਹਾਡੇ ਯਾਰ ਮੰਤਰੀ ਨੇ, ਫਿਰ ਮੰਤਰੀਆਂ ਦੇ ਹੱਥ 'ਚ ਤਾਂ ਇਨਸਾਫ ਹੈਗਾ ਨਾ, ਜਾਂ ਇਕੱਲਾ ਫਿਰ ਜਿਉਂਦੇ ਜੀ ਇਕੱਲੇ ਫਾਇਦੇ ਲੈਣੇ ਜਾਣਦੇ ਸੀ, ਉਹਦਾ ਨਾਮ ਵਰਤ ਕੇ ਅੱਗੇ ਆਉਣਾ ਜਾਣਦੇ ਸੀ, ਅੱਜ ਪਰਿਵਾਰ ਨਾਲ ਕਿਉਂ ਨਹੀਂ ਖੜ ਰਹੇ? ਅੱਜ ਪਰਿਵਾਰ ਦੀ ਬਾਂਹ ਕਿਉਂ ਨਹੀਂ ਫੜ ਰਹੇ? ਉਹ ਪਰਿਵਾਰ, ਉਹ ਮਾਂ ਦਾ ਕਾਲਜਾ ਠਾਰ ਦਿਓ। ਜੇਕਰ ਤੁਹਾਡੇ ਮੰਤਰੀ ਯਾਰ ਨੇ, ਉਸ ਮਾਂ ਦਾ ਕਾਲਜਾ ਠਾਰ ਦਿਓ ਜਿਹੜੀ ਮਾਂ ਬਿਲਕਦੀ ਫਿਰਦੀ ਹੈ, ਜਿਹਦੀ ਕੁੱਖ ਦੇ ਵਿੱਚੋਂ ਇੱਕ ਜਵਾਨਾ ਪੈਦਾ ਹੋਇਆ ਸੀ। 100 ਸਾਲ ਉਦਾਂ ਦਾ ਇਨਸਾਨ ਸਾਨੂੰ ਨਹੀਂ ਮਿਲਣਾ ਜਿਹੜਾ ਇਨਸਾਨ ਤੁਹਾਡੇ ਯਾਰ ਮੰਤਰੀਆਂ ਦੀ ਨਲਾਇਕੀ ਕਾਰਨ ਸਾਡੇ ਤੋਂ ਖੋਇਆ ਗਿਆ, ਸਾਡੇ ਦੇ ਵਿੱਚੋਂ ਚਲਾ ਗਿਆ, ਕਿਉਂਕਿ ਸਿਕਿਉਰਟੀਆਂ ਲੀਕ ਹੋਈਆਂ। ਸਿਕਿਉਰਟੀਆਂ ਕਿਹਨੇ ਹਟਾਈਆਂ? ਜਾਣ ਬੁੱਝ ਕੇ ਕਿਹੜ ਕੱਢੀ ਗਈ ਕਿ ਉਹ ਕਿਸੇ ਹੋਰ ਪਾਰਟੀ ਦੀ ਟਿਕਟ ਤੋਂ MLA ਬਣ ਰਿਹਾ ਸੀ? ਕਿਹੜ ਕੱਢੀ ਗਈ? ਪਰ ਉਹ ਇੱਕ ਇੱਦਾਂ ਦਾ ਕਲਾਕਾਰ ਜਿਹੜਾ ਸਾਡੇ ਪਾਣੀਆਂ ਦੀ ਗੱਲ ਕਰਦਾ ਸੀ, ਜਿਹੜੇ ਸਾਡੀ ਪੱਗ ਦੀ ਗੱਲ ਕਰਦਾ ਸੀ, ਪੱਗ ਦੁਨੀਆਂ ਦੇ ਵਿੱਚ ਪਹਿਚਾਤੀ ਸੀ ਉਸ ਇਨਸਾਨ ਨੇ, ਤੇ ਉਹ ਇਨਸਾਨ ਚਲਾ ਗਿਆ। ਤੇ ਪਰ ਤੁਹਾਡੀ ਕੰਨ ਤੇ ਜੂ ਨਹੀਂ ਸਰਕ ਰਹੀ ਅੰਮ੍ਰਿਤ ਮਾਨ ਜੀ, ਤੁਸੀਂ ਨੱਚਦੇ ਫਿਰਦੇ ਹੋ, ਤੁਸੀਂ ਸਰਕਾਰੀ ਸਟੇਜਾਂ ਸਾਂਝੀਆਂ ਕਰਨੀਆਂ, ਤੁਸੀਂ ਆਪਣੇ ਯਾਰ ਮੰਤਰੀਆਂ ਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਇਹ ਬੋਲ ਕਿਉਂ ਬੋਲਦੇ ਹੋ? ਅਮਨ ਅਰੋੜਾ ਜੀ ਬੋਲ ਰਹੇ ਸੀ ਕਿ ਉਹ 2 ਗਨਮੈਨਾਂ ਨੂੰ ਕਿਉਂ ਨਹੀਂ ਲੈ ਕੇ ਗਿਆ, ਉਹ ਆਪਣੀ ਮੌਤ ਆਪ ਮਰਿਆ। ਤੁਹਾਡੇ ਹੋਰ ਵੀ ਬਹੁਤ ਯਾਰ ਮੰਤਰੀ ਨੇ ਜਿਹੜੇ, ਉਹ ਬੋਲ ਰਹੇ ਸੀ ਕਿ ਹਰ ਰੋਜ਼ 2 ਇਨਸਾਨ ਮਰਦੇ ਨੇ, ਦੁਨੀਆਂ ਦੇ ਵਿੱਚ ਬਹੁਤ ਮੌਤਾਂ ਹੁੰਦੀਆਂ ਨੇ,
पर ओदा दा इंसान सिद्धू मूसे वाले वर्गा इंसान कोई नहीं बन सकता। वह मुड़ के नहीं मिलना साड़ी कौम नूं, उहदे सिर ते पग रड़कदी सी। इस करके अमृत मान जी, जे जमीर जागदी है, जे किनका है यारी आला, गदार ना बन यार, बन जार, ते फिर अपने यार मंत्रियां नूं कह।